ਅੱਜਕੱਲ ਯਾਰਾਂ ਦੀ ਕਲਾਸ ਹੋ ਗਈ ਆ। ਸੱਚੀ ਅੱਜਕੱਲ ਯਾਰਾਂ ਦੀ ਕਲਾਸ ਹੋ ਗਈ ਆ। ਦਾਰੂ ਦੀ ਗਲਾਸੀ ਵੀ ਗਲਾਸ ਹੋ ਗਈ ਆ। ਕਹਿੰਦੀ ਤੂੰ ਕਿਹੜਾ ਮੁੰਡਿਆ ਕੈਨੇਡਾ ਵਿੱਚ ਪੱਕਾ ਏ, ਉਦੋਂ ਯਾਰ ਗੋਲਾ ਸੀ ਤੇ ਅੱਜ ਯਾਰ ਯੱਕਾ ਏ। ਯਾਰਾਂ ਨੂੰ ਵੀ ਕੁੜੀ ਹੁਣ ਪੱਕੀ ਮਿਲ ਗਈ ਏ ਤੇ ਉਹਦੇ ਨਾਲ ਕਿਸਮਤ ਲੱਕੀ ਮਿਲ ਗਈ ਏ। ਉਹਦੇ ਨਾਲ ਯਾਰੀ ਅੱਜ ਕੱਲ ਹੈਡਲਾਈਨ ਬਣੀ ਤੇ ਤੇਰੇ ਨਾਲ ਯਾਰੀ ਇਤਿਹਾਸ ਹੋ ਗਈ ਹੈ, ਕਿਉਂਕਿ ਅੱਜ ਕੱਲ ਯਾਰਾਂ ਦੀ ਕਲਾਸ ਹੋ ਗਈ ਹੈ। ਚੈੱਕ ਚੈੱਕ, ਮੈਂ ਜੌਨੀ ਹੰਸ ਤੇ ਲੈ ਕੇ ਹਾਜ਼ਰ ਹਾਂ ਅੱਜ ਦਾ ਵਲੌਗ। ਮੈਨੂੰ ਪਤਾ ਆ ਕਿ ਆਪਾਂ ਗੱਲ ਥੋੜੀ ਜੀ ਹੋਰ ਪਾਸੇ ਲੈ ਗਏ। ਐਕਚੁਅਲੀ ਗੱਲ ਏਦਾਂ ਹੈ ਕਿ ਕੈਨੇਡਾ ਵਿੱਚ ਮਾਈਲਸਟੋਨ ਕਾਲਜ ਦੇ ਬਾਰੇ ਬਹੁਤ ਸਾਰੇ ਦੋਸਤਾਂ ਨੂੰ ਸੀ ਸਵਾਲ। ਸੋ ਅੱਜ ਦੇ ਵਲੌਗ ਚ ਗੱਲ ਕਰਦੇ ਹਾਂ ਕਿ ਕਿੱਦਾਂ ਸਹੀ ਕੋਰਸ ਚੂਜ਼ ਕਰਕੇ, ਸਹੀ ਵਰਕ ਟਾਈਮ ਤੇ ਵਰਕ ਪਰਮਿਟ ਅਪਲਾਈ ਕਰਕੇ ਤੁਸੀਂ ਪੱਕੇ ਵੀ ਹੋ ਸਕਦੇ ਹੋ ਤੇ ਵਧੀਆ ਕਮਾਈ ਵੀ ਕਰ ਸਕਦੇ ਹੋ। ਸੋ ਕਾਲਜ ਦੇ ਐਕਚੁਅਲ ਰਿਵਿਊਜ਼ ਕੀ ਨੇ ਤੇ ਪ੍ਰੋਗਰਾਮ ਦਾ ਕੀ ਹਿਸਾਬ ਕਿਤਾਬ ਹੈ, ਉਸ ਦੀ ਕਰਦੇ ਹਾਂ ਜੀ ਅੱਜ ਦੀ ਵੀਡੀਓ ਚ ਗੱਲ। ਚੈੱਕ ਚੈੱਕ, ਮੈਂ ਜੌਨੀ ਹੰਸ ਤੇ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਇਸ ਵੀਡੀਓ ਨੂੰ। ਤੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਸ YouTube ਚੈਨਲ ਤੇ ਅਸੀਂ ਕਰਦੇ ਹਾਂ ਜੀ ਐਜੂਕੇਸ਼ਨਲ ਵਲੌਗਸ ਤੁਹਾਡੇ ਨਾਲ ਸਾਂਝੇ, ਉਸ ਦੇ ਨਾਲ ਨਾਲ ਪੰਜਾਬੀ ਸ਼ਾਇਰੀ ਤੇ ਪੰਜਾਬੀ ਰੈਪ। ਸੋ ਜੇ ਪਹਿਲੀ ਵਾਰੀ ਦੇਖ ਰਹੇ ਹੋ ਇਸ ਵੀਡੀਓ ਨੂੰ ਤੇ ਪਲੀਜ਼ ਮੇਕ ਸ਼ੋਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਹਿੱਟ ਕਰਕੇ ਸਬਸਕ੍ਰਾਈਬ ਬਟਨ ਤੇ ਉਸ ਦੇ ਅੱਗੇ ਬੈਲ ਬਟਨ, ਤਾਂ ਕਿ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੀਆਂ ਸਕਰੀਨਾਂ ਤੱਕ ਟਾਈਮ ਨਾਲ ਪਹੁੰਚ ਜਾਵੇ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਿ ਆਈਟੀ ਹੱਬ ਮੰਨਿਆ ਜਾਂਦਾ ਹੈ ਮੌਂਟਰੀਅਲ ਨੂੰ ਤੇ ਇਸ ਕਰਕੇ ਇੱਥੇ ਜਿਹੜੀ ਆਈਟੀ ਜੌਬਸ ਦੀ ਕਾਫੀ ਜ਼ਿਆਦਾ ਹਾਈ ਡਿਮਾਂਡ ਹੈ। ਤੇ ਅੱਜ ਜਿਹੜੇ ਪ੍ਰੋਗਰਾਮ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ ਮਾਈਲਸਟੋਨ ਦੇ ਵਿੱਚ ਕੰਪਿਊਟਿੰਗ ਸਪੋਰਟ ਦਾ। ਤੇ ਇਸ ਬਾਰੇ ਜਿਹੜੇ ਜ਼ਿਆਦਾਤਰ ਕੁਐਸਚਨ ਪਹਿਲਾਂ ਆਏ ਨੇ ਉਹ ਇਹੀ ਕਿ ਯਾਰ ਅਸੀਂ ਕੋਰਸ ਤਾਂ ਲੈ ਲਵਾਂਗੇ ਤੇ ਇਸ ਕੋਰਸ ਦਾ ਲੈਵਲ ਕੀ ਆ। ਸਭ ਤੋਂ ਪਹਿਲਾਂ ਕੈਟੇਗਰੀ ਇਸ ਕੋਰਸ ਦੀ ਆ ਜੀ DVS, ਵਿਚ ਇਜ਼ ਵੋਕੇਸ਼ਨਲ ਸਟੱਡੀਜ਼ ਹੁੰਦੀਆਂ, ਡਿਪਲੋਮਾ ਇਨ ਵੋਕੇਸ਼ਨਲ ਸਟੱਡੀਜ਼। ਤੇ ਕੰਪਿਊਟਿੰਗ ਸਪੋਰਟ ਇੱਕ ਇਹੋ ਜਿਹਾ ਸੈਕਟਰ ਆ ਜਿਸ ਦੀ ਰਿਕੁਆਇਰਮੈਂਟ ਆਲਮੋਸਟ ਹਰ ਇੱਕ ਫੀਲਡ ਦੇ ਵਿੱਚ ਆ, ਚਾਹੇ ਹੁਣ ਤੁਸੀਂ ਦੇਖ ਲਓ ਕੋਈ ਮਲਟੀਨੈਸ਼ਨਲ ਕੰਪਨੀ ਹੋਵੇ ਜਾਂ ਫਿਰ ਮਿਡ ਸਾਈਜ਼ ਜਾਂ ਸਮਾਲ ਬਿਜ਼ਨਸ, ਉਹਨਾਂ ਵਿੱਚ ਕੰਪਿਊਟਰ ਹਰ ਪਾਸੇ ਲੱਗਦਾ, ਸੋਫਟਵੇਅਰਸ ਹੁੰਦੇ ਨੇ, ਟੈਕਨੋਲੋਜੀ ਤੁਹਾਨੂੰ ਪਤਾ ਅੱਜ ਹਰ ਇੱਕ ਚੀਜ਼ ਦੇ ਵਿੱਚ ਆ। ਤੇ ਜਦੋਂ ਮਲਟੀਪਲ ਲੋਕ ਉਹਨਾਂ ਉਸ ਇਨਫਰਾਸਟ੍ਰਕਚਰ ਉਸ ਬਿਲਡਿੰਗ ਦੇ ਵਿੱਚ ਉਸ ਆਫਿਸ ਦੇ ਵਿੱਚ ਕੰਮ ਕਰਦੇ ਹੁੰਦੇ ਨੇ ਤੇ ਉਹਨਾਂ ਨੂੰ IT ਟੈਕਨੀਸ਼ੀਅਨ ਜਾਂ ਸਪੋਰਟ ਟੀਮ ਦੀ ਲੋੜ ਪੈਂਦੀ ਆ, ਤੇ ਉਹ ਸਪੋਰਟ ਟੀਮ ਹਾਰਡਵੇਅਰ ਤੇ ਸੋਫਟਵੇਅਰ ਦੋਵਾਂ ਨਾਲ ਬਹੁਤ ਵਧੀਆ ਡੀਲ ਕਰਦੇ ਨੇ ਕਿ ਕਿਵੇਂ ਉਹਨਾਂ ਨੂੰ ਨੈਟਵਰਕ ਕਰਨਾ ਹੈ, ਕਿਵੇਂ ਜਿਹੜਾ ਅਪ ਟਾਈਮ ਹੁੰਦਾ ਉਹਨੂੰ ਬਣਾ ਕੇ ਰੱਖਣਾ ਤਾਂ ਕਿ ਸਿਸਟਮ ਡਾਊਨ ਨਾ ਹੋਣ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੀ ਸਟੱਡੀ ਆ ਉਹ ਆ ਜੀ ਕੰਪਿਊਟਿੰਗ ਸਪੋਰਟ। ਹੁਣ ਤੁਸੀਂ ਸੋਚਦੇ ਹੋਣੇ ਕਿ ਯਾਰ ਕੀ ਇਹ ਕੋਰਸ ਬਹੁਤ ਹੀ ਕੰਪਲੀਕੇਟਿਡ ਹੋਊਗਾ, ਤੇ ਬਿਲਕੁਲ ਗਲਤ ਆ, ਕਿਉਂਕਿ ਕੋਰਸ ਬਹੁਤ ਸਿੰਪਲ ਆ। ਪਲੱਸ ਜਿਹੜੀ ਇਹਨਾਂ ਦੀ ਮੈਨੇਜਮੈਂਟ ਆ ਇਸ ਕਾਲਜ ਦੀ, ਉਹਨਾਂ ਨੇ ਇਹਨੂੰ ਇੰਨਾ ਸਟ੍ਰੀਮਲਾਈਨ ਕੀਤਾ ਹੋਇਆ ਆ ਤਾਂ ਕਿ ਸਟੂਡੈਂਟਸ ਦੇ ਲਈ ਆਸਾਨ ਹੋ ਸਕੇ। ਤੇ ਸਪੈਸ਼ਲੀ ਜੇ ਦੇਖਿਆ ਜਾਵੇ ਤੇ ਹੁਣ ਗੱਲ ਕਰਦੇ ਹਾਂ ਟੈਨਿਊਰ ਦੀ, ਇਹਦੀ ਪੂਰੀ ਡਿਊਰੇਸ਼ਨ ਜਿਹੜੀ ਆ ਸਟੱਡੀਜ਼ ਦੀ ਉਹ ਹੈਗੀ ਆ 24 ਮੰਥਸ ਦੀ। ਦੈਟ ਮੀਨਸ ਐਸ ਪਰ ਕੈਨੇਡੀਅਨ ਇਮੀਗ੍ਰੇਸ਼ਨ ਜਿਹੜੇ DLI ਅਪਰੂਵਡ ਇੰਸਟੀਟਿਊਸ਼ਨ ਹੁੰਦੇ ਨੇ, ਯਾਨੀ ਮਾਈਲਸਟੋਨ ਕੋਲ ਰਜਿਸਟ੍ਰੇਸ਼ਨ ਨੰਬਰ, DLI ਅਪਰੂਵਲ, ਸਾਰਾ ਕੁਝ ਆ। ਸੋ ਯੂ ਆਰ ਐਲੀਜੀਬਲ ਫਾਰ 3 ਈਅਰਸ ਆਫ ਵਰਕ ਪਰਮਿਟ ਜਿਵੇਂ ਤੁਹਾਡੀ ਪੜ੍ਹਾਈ ਕੰਪਲੀਟ ਹੋ ਜਾਂਦੀ ਆ। ਸੋ ਫਾਰ ਉਸਦੇ ਨਾਲ ਨਾਲ ਇਹ ਵੀ ਵਧੀਆ ਗੱਲ ਆ ਕਿ ਕਾਲਜ ਦੇ ਵਿੱਚ ਜਿਹੜੀ ਮੈਨੇਜਮੈਂਟ ਟੀਮ ਆ ਉਹ ਕਾਫੀ ਕੋਆਪਰੇਟਿਵ ਆ, ਸੁਣਨ ਵਿੱਚ ਇਹੀ ਆਇਆ ਹੁਣ ਤੱਕ ਜਿੰਨੇ ਵੀ ਸਟੂਡੈਂਟਸ ਤੋਂ। ਤੇ ਉਸਦੇ ਨਾਲ ਇਹ ਆ ਕਿ ਜੇ ਤੁਹਾਨੂੰ ਕਲਾਸਿਸ ਜਿਹੜੀਆਂ ਆ ਉਹ ਵੀਕਡੇ ਦਾ ਵੀ ਪੂਰਾ ਬੈਚ ਆ, ਜਿਹੜਾ ਮੰਡੇ ਟੂ ਫਰਾਈਡੇ ਹੁੰਦਾ, ਇੱਕ ਬੈਚ ਹੁੰਦਾ ਵੀਕਐਂਡ ਤੇ। ਸੋ ਜੇ ਤੁਸੀਂ ਚਾਹੁੰਦੇ ਹੋ ਸਿਰਫ ਵੀਕਐਂਡ ਤੇ ਪੜ੍ਹਨਾ, ਮੰਡੇ ਟੂ ਫਰਾਈਡੇ ਆਪਣਾ ਕੰਮ ਤੇ ਤੁਸੀਂ ਫ੍ਰੈਂਚ ਪੜ੍ਹਨੀ ਚਾਹੁੰਦੇ ਹੋ, ਸੋ ਦਿਸ ਇਜ਼ ਗੋਇੰ ਬੀ ਅ ਗ੍ਰੇਟ ਚੋਇਸ ਫਾਰ ਯੂ, ਕਿਉਂਕਿ ਤੁਸੀਂ ਬਾਕੀ ਦੇ ਸਾਰੇ ਕੰਮ ਇੱਕ ਪਾਸੇ ਰੱਖ ਕੇ ਤੁਸੀਂ ਕੰਸਿਸਟੈਂਟਲੀ ਕੰਮ ਵੀ ਕਰ ਸਕਦੇ ਹੋ, ਪੜ੍ਹ ਵੀ ਸਕਦੇ ਹੋ, ਤੇ ਪੂਰਾ 2 ਸਾਲ ਦਾ ਤੁਹਾਡਾ ਕੋਰਸ ਵੀ ਤੁਹਾਨੂੰ ਮਿਲ ਜਾਏਗਾ। ਤੇ ਹੋਰ ਵਧੀਆ ਗੱਲ ਇਹ ਵੀ ਆ ਕਿ ਮੌਂਟਰੀਅਲ ਦੇ ਬਿਲਕੁਲ ਨਾਲ ਹੀ ਆ, ਮਤਲਬ ਆਲਮੋਸਟ 10 ਮਿੰਟਸ ਟੂ 10 ਟੂ 15 ਮਿੰਟਸ ਲੱਗਦੇ ਨੇ ਜੇ ਤੁਸੀਂ ਡਾਊਨ ਟਾਊਨ ਤੋਂ ਬਰਸਾਡ ਜਾਂਦੇ ਹੋ, ਜਿੱਥੇ ਇਹ ਕਾਲਜ ਲੋਕੇਟਡ ਆ, ਵਿਚ ਇਜ਼ ਵੈਰੀ ਨੀਅਰ ਟੂ ਡਾਊਨ ਟਾਊਨ ਐਸ ਵੈਲ। ਸੋ ਐਡਾ ਦੂਰ ਵੀ ਨਹੀਂ ਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਵੇ। ਹੁਣ ਇੰਪੋਰਟੈਂਟ ਆਸਪੈਕਟ ਇਹ ਹੁੰਦਾ ਕਿ ਯਾਰ ਤੁਸੀਂ ਇਸ ਸਟੱਡੀ ਨੂੰ ਕਰਨ ਤੋਂ ਬਾਅਦ ਮੌਂਟਰੀਅਲ ਦੇ ਵਿੱਚ ਜੌਬ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਜਾਂਦੇ ਹੋ, ਤੁਹਾਡੀ ਜਿਹੜੀ ਪੜ੍ਹਾਈ ਆ ਉਹ ਤੁਹਾਡੇ ਨਾਲ ਹੀ ਰਹਿੰਦੀ ਆ। ਦੈਟ ਮੀਨਸ ਜਿਹੜੇ ਤੁਹਾਡੇ ਕ੍ਰੈਡਿਟਸ ਨੇ ਉਹ ਹਰ ਇੱਕ ਜਗ੍ਹਾ ਐਪਲੀਕੇਬਲ ਨੇ, ਪ੍ਰੋਵਾਈਡਡ ਕਿ ਤੁਸੀਂ ਕੋਰਸ ਪੂਰਾ ਕੀਤਾ ਹੋਵੇ। ਹੁਣ ਜਿਹੜਾ ਤੁਹਾਨੂੰ ਵਰਕ ਪਰਮਿਟ ਵੀ ਮਿਲਦਾ, ਇੱਕ ਹੋਰ ਕੁਐਸਚਨ ਬਹੁਤ ਆਉਂਦਾ ਹੈ ਕਿ ਉਹ ਵਰਕ ਪਰਮਿਟ ਕੀ ਬਾਕੀ ਸਟੇਟਸ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ,
कि वो एप्लीकेबल हुंदा दूसरियां जॉब्स दे विच. इट्स एन ओपन वर्क परमिट, इट्स नॉट कन्फाइंड टू दैट पर्टिकुलर फील्ड या फिर दैट पर्टिकुलर सिटी या प्रोविंस. वो तुहाडा जिहड़ा वर्क परमिट आ वो तुसीं किते भी यूज करदे हो, उहदे विच तुहानूं कोई दिक्कत नहीं आउंदी. सो यह एक वधिया आस्पैक्ट आ कि जे तुसीं अपना पूरा कोर्स 1800 घंटे की जे तुसीं कर लैंदे हो तो उस तो बाद पीआर दे जिहड़े तुहाडे रूल्स हुंदे ने वह भी काफी सिंपल हो जाते हैं. ते एक्चुअल सच्ची गल यह है कि जिहड़ी रियल इनफॉर्मेशन है ना वह आपां नूं मिल सकदी आ एक्चुअली स्टूडेंट्स तो, कि जिहड़े इस कॉलेज दे जिहड़ा एक प्रोग्राम आ कंप्यूटिंग सपोर्ट उहदे विच पढ़दे हन. पहला आपां एक ब्लॉग कीता सी जिहड़ा माइलस्टोन कॉलेज दे कॉलेज कैंपस ते जाके असीं ब्लॉग कीता सी. जे तुसीं पहला नहीं ना देखिया तुहाडे बहुत काम दी चीज़ आ. इदां करो उपर असीं कार्ड दिता होया तुसीं कार्ड ते क्लिक कर लो तुहानूं तां मिल जाणी वीडियो, या फिर सौखा काम डिस्क्रिप्शन च लिंक दिता होया उस डिस्क्रिप्शन दे जिहड़ा लिंक आ उस नूं क्लिक करके भी तुसीं इस यू नो पूरे टूर दी वीडियो देख सकदे हो. बाकी गल करांगे अगे जाके स्टूडेंट दे नाल भी जिहड़े इस कॉलेज च पढ़ रहे ने, सो ਉਹਨਾਂ ਦੇ ਕੀ ਰਿਵਿਊਜ਼ ਨੇ ਇਸ ਪ੍ਰੋਗਰਾਮ ਬਾਰੇ. ਪਰ ਉਸ ਤੋਂ ਪਹਿਲਾਂ ਦੱਸ ਦਵਾਂ ਕਿ ਜੇ ਤੁਸੀਂ ਇਸ ਕਾਲਜ ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਜਾਂ ਫਿਰ ਇਸ ਕੋਰਸ ਦੇ ਬਾਰੇ ਹੋਰ ਯੂ ਨੋ ਜਾਣਕਾਰੀ ਲੈਣਾ ਚਾਹੁੰਦੇ ਹੋ, ਔਰ ਯੂ ਵਾਂਟ ਟੂ ਜਸਟ ਅਪਲਾਈ ਫਾਰ ਆਫਰ ਲੈਟਰ ਇਨ ਦਿਸ ਕਾਲਜ ਵਿਦਆਊਟ ਗੈਟਿੰਗ ਲੇਟ, ਤੇ ਤੁਸੀਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਫਾਰਮ ਦਾ ਲਿੰਕ ਉਸ ਨੂੰ ਫਿਲ ਕਰੋ ਤੇ ਸਾਡੀ ਟੀਮ ਤੁਹਾਨੂੰ ਵਿਦ ਇਨ 24 to 48 ਆਵਰਸ ਕੰਟੈਕਟ ਕਰ ਲੇਗੀ. ਤੇ ਇਫ ਯੂ ਹੈਵ ਐਨੀ ਕੁਐਸਚਨਸ ਰਿਲੇਟਡ ਟੂ ਅਪਲਾਈਂਗ for computing support in Milestone College, will be more than happy to help you. So hun milde haan ji ajj di is video de vich is college de student samman. Ajj de is vlog de vich gal kar rahe haan Milestone College de computing support course bare, te mere naal is vele baithe ne Samrath. So Samrath, thank you so much. Pehla Samrath naal gal hoyi si apni tode college ch. Haan ji ਬਿਲਕੁਲ. ਅੱਜ ਫਿਰ ਬਾਈ ਤੋਂ ਥੋੜੀ ਲਵਾਂਗੇ ਇਨਫੋਰਮੇਸ਼ਨ ਤੇ ਪੁੱਛਾਂਗੇ ਕਿ ਐਕਚੁਅਲੀ ਬੀਇੰਗ ਅ ਸਟੂਡੈਂਟ ਇਹਨਾਂ ਨੂੰ ਜਿਹੜਾ ਇਹ ਕੋਰਸ ਆ ਮਾਈਲਸਟੋਨ ਕਾਲਜ ਵਿੱਚ ਕੰਪਿਊਟਿੰਗ ਸਪੋਰਟ, ਉਹਦੇ ਬਾਰੇ ਤੁਹਾਡਾ ਕੀ ਖਿਆਲ ਆ? ਵੀਰੇ ਦੇਖੋ, ਜਿਹੜਾ ਕੰਪਿਊਟਿੰਗ ਸਪੋਰਟ ਕੋਰਸ ਹੈ ਇੱਕ ਇਹ ਮਤਲਬ ਬਹੁਤ ਹੀ ਵਧੀਆ ਕੋਰਸ ਆ ਜਿਸ 'ਚ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਕਰੀਅਰ ਬਣਾ ਸਕਦੇ ਜੇ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਮੌਂਟਰੀਅਲ ਜਿਹੜਾ ਵਾ ਇੱਕ IT ਦਾ ਹੱਬ ਆ. ਬਿਲਕੁਲ. ਤੇ ਜਿਹੜਾ ਕੰਪਿਊਟਿੰਗ ਸਪੋਰਟ ਕੋਰਸ ਹੈ IT ਦੇ ਨਾਲ ਹੀ ਰਿਲੇਟ ਕਰਦਾ ਵਾ. ਬਿਲਕੁਲ. ਤੇ ਆਪਾਂ ਇਹ ਜਿਹੜਾ ਆਪਾਂ ਕੋਰਸ ਆਪਾਂ ਵਧੀਆ ਤਰੀਕੇ ਨਾਲ ਕਰਾਂਗੇ, ਆਪਣੇ ਵਧੀਆ ਨੰਬਰ ਆਉਣਗੇ, ਵਧੀਆ ਪਰਸੈਂਟੇਜ ਆਊਗੀ, ਤੇ ਆਪਾਂ ਗਾਂ ਜਾ ਕੇ ਬਹੁਤ ਹੀ ਜੋਬ ਓਪਰਚੁਨਿਟੀਜ਼ ਹੈਗੀਆਂ ਨੇ ਜਿਹਦੇ ਵਿੱਚ ਆਪਾਂ ਵੀ B ਲੈਵਲ ਦੀ ਜੋਬ ਆਪਾਂ ਨੂੰ ਆਸਾਨੀ ਨਾਲ ਮਿਲ ਜੂਗੀ, ਲਾਈਕ ਸਪੋਰਟ ਐਨਾਲਿਸਟ ਇਨ ਐਨੀ ਕੰਪਨੀ. ਵਾਹ. ਤੇ ਯਾਰ ਜੋ ਤੁਹਾਡੀ ਪੜ੍ਹਾਈ ਹੁੰਦੀ ਆ ਐਕਚੁਅਲ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਕਹਿ ਸਕਦੇ ਹੋ, ਸੋ ਇਹਦੇ ਵਿੱਚ ਟੈਕਨੀਕਲ ਕਿੰਨਾ ਕੁ ਇਨਵੋਲਵ ਇਜ਼ ਲਾਈਕ, ਕਿਉਂਕਿ ਬਹੁਤ ਸਾਰੇ ਦੋਸਤ ਪੁੱਛਦੇ ਹੋ ਯਾਰ ਬੜਾ ਔਖਾ ਤਾਂ ਨਹੀਂ ਆ, ਲਾਈਕ ਹਾਊ ਇਜ਼ ਦ ਕੋਰਸ ਓਵਰਆਲ, ਕਿੱਦਾਂ ਦਾ ਲੱਗਦਾ ਫੀਲ ਹੁੰਦਾ? ਡੂ ਯੂ ਫੀਲ ਸਟ੍ਰੈਸਡ ਆਊਟ ਜਾਂ ਤੁਹਾਨੂੰ ਲੱਗਦਾ ਕਿ ਇੱਕ ਪ੍ਰੋਸੈਸ ਦੇ ਨਾਲ ਸਭ ਚੱਲ ਰਿਹਾ? ਨਹੀਂ, ਸਭ ਕੁਝ ਬਹੁਤ ਹੀ ਵਧੀਆ ਪ੍ਰੋਸੈਸ ਨਾਲ ਚੱਲ ਰਿਹਾ. ਲਾਈਕ ਜਿਹੜੇ ਸਾਡੇ ਟੀਚਰ ਹੈ ਨਵਪ੍ਰੀਤ ਮੈਮ, ਉਹ ਪਹਿਲਾਂ ਹਰ ਇੱਕ ਚੀਜ਼ ਦੀ ਸਲਾਈਡਸ ਦਿਖਾਉਂਦੇ ਨੇ, ਸਭ ਕੁਝ ਚੰਗੀ ਤਰ੍ਹਾਂ ਸਮਝਾਉਂਦੇ ਨੇ, ਪੜ੍ਹਾਉਂਦੇ ਨੇ, ਸਭ ਕੁਝ ਵਧੀਆ ਤਰੀਕੇ ਨਾਲ ਕਰਾ ਕੇ ਫਿਰ ਉਸ ਦਾ ਪ੍ਰੈਕਟੀਕਲ ਵੀ ਹੁੰਦਾ ਆ. ਰੀਸੈਂਟਲੀ ਸਾਡਾ ਐਗਜ਼ਾਮ ਹੋਇਆ ਸੀ ਅਸੈਂਬਲਿੰਗ ਆਫ ਸਿਸਟਮ, ਅਸੀਂ ਲਾਈਕ ਕੇਸ ਦੇ ਵਿੱਚ ਹਰ ਇੱਕ ਪਾਰਟ ਖੁਦ ਅਸੈਂਬਲ ਕੀਤਾ ਆਪਣੇ ਹੱਥਾਂ ਨਾਲ, ਲਾਈਕ ਮਦਰ ਬੋਰਡ, ਰੈਮ ਐਂਡ ਐਵਰੀਥਿੰਗ ਐਲਸ. ਦੈਨ ਦਾ ਲਾਸਟ ਵੀਕ ਸਾਡਾ ਐਗਜ਼ਾਮ ਹੋਇਆ ਆ ਵਿੰਡੋ ਇੰਸਟਾਲੇਸ਼ਨ ਦਾ, ਲਾਈਕ ਹਾਊ ਟੂ ਇੰਸਟਾਲ ਵਿੰਡੋਜ਼. ਐਵਰੀਥਿੰਗ ਪ੍ਰੈਕਟੀਕਲ ਹੁੰਦਾ, ਮਤਲਬ ਨਾਟ ਓਨਲੀ ਥਿਓਰੀ, ਐਵਰੀਥਿੰਗ ਥਿਓਰੀ ਵਿਦ ਪ੍ਰੈਕਟੀਕਲ, ਜੋ ਹਰ ਇੱਕ ਚੀਜ਼ ਨੂੰ ਕਲੈਰੀਫਾਈ ਕਰ ਦਿੰਦਾ, ਕੋਈ ਜ਼ਿਆਦਾ ਔਖਾ ਨਹੀਂ ਆ. ਤੇ ਯਾਰ ਬੀਂਗ ਐਨ ਇੰਟਰਨੈਸ਼ਨਲ ਸਟੂਡੈਂਟਸ ਮੰਨਿਆ ਜਾਂਦਾ ਕਿ ਯਾਰ ਜੇ ਕੋਈ ਟਫ ਚੀਜ਼ ਜੀ ਕਰਨੀ ਹੋਵੇ, ਕੋਈ ਬਾਹਲਾ ਪੜ੍ਹਾਈ ਲਿਖਾਈ ਵਾਲਾ ਹਿਸਾਬ ਕਿਤਾਬ ਕਰਨਾ ਹੋਵੇ, ਤੇ ਉਹ ਇੱਥੇ ਦੇ ਡੋਮੈਸਟਿਕ ਸਟੂਡੈਂਟਸ ਜਾਂ ਜਿਹੜੇ ਹੁੰਦੇ ਨੇ ਯੂ ਨੋ PR, ਉਹਨਾਂ ਦੀ ਗੱਲ ਹੋਰ ਹੁੰਦੀ. ਇੰਟਰਨੈਸ਼ਨਲ ਸਟੂਡੈਂਟਸ ਦੀ ਲਾਈਫ ਡਿਫਰੈਂਟ ਆ. ਸੋ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਨੇ ਕੰਮ ਵੀ ਕਰਨਾ ਹੁੰਦਾ, ਕਾਲਜ ਵੀ ਦੇਖਣਾ, ਤੇ ਹੋਰ ਵੀ ਬਹੁਤ ਸਾਰੀਆਂ ਯੂ ਨੋ 10 ਚੀਜ਼ਾਂ ਚੱਲਦੀਆਂ ਹੁੰਦੀਆਂ ਜ਼ਿੰਦਗੀ 'ਚ. ਸੋ ਐਕਚੁਅਲੀ ਬੀਇੰਗ ਐਨ ਇੰਟਰਨੈਸ਼ਨਲ ਸਟੂਡੈਂਟ ਬੈਲੈਂਸ ਹੋ ਜਾਂਦਾ, ਹਾਊ ਡੂ ਯੂ ਪਰਸਨਲੀ ਬੈਲੈਂਸ? ਹੋ ਸਕਦਾ ਯਾਰ ਤੁਹਾਡੀ ਦੱਸੀ ਹੋਈ ਗੱਲ ਆਉਣ ਵਾਲੇ ਜਿਹੜੇ ਨਵੇਂ ਦੋਸਤ ਨੇ ਉਹਨਾਂ ਦੇ ਕੰਮ ਆ ਜਾਵੇ. ਸੋ ਤੁਸੀਂ ਪਰਸਨਲੀ ਕਿਵੇਂ ਮੈਨੇਜ ਕਰਦੇ ਹੋ ਆਪਣੇ ਕੰਮ ਨੂੰ ਵੀ ਤੇ ਸਟੱਡੀਜ਼ ਨੂੰ ਵੀ ਤੇ ਲਾਈਫ ਨੂੰ? ਹਾਊ ਡੂ ਯੂ ਮੇਕ ਅ ਬੈਲੈਂਸ? ਸਭ ਤੋਂ ਪਹਿਲਾਂ ਮੇਰੇ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਆ. ਅੱਛਾ ਜੀ. ਲਾਈਕ ਟੂ ਬੀ ਫਰੈਂਕ, ਜਿੰਨਾ ਮੈਂ ਲੈਥਾਰਜਿਕ ਸੀ, ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਇੰਨਾ ਲੇਜ਼ੀ ਪਰਸਨ ਹੋ ਸਕਦਾ ਵਾ. ਮਤਲਬ ਤੁਸੀਂ ਕਲਾਸ ਨਹੀਂ ਚੱਕਦੇ? ਲਾਈਕ ਇਨ ਇੰਡੀਆ ਇੱਕ ਰੋਟੀ ਖਾਧੀ, ਥਾਲੀ ਬੈੱਡ ਥੱਲੇ, ਮੰਮਾ ਲੈ ਕੇ ਲੈ ਕੇ ਸਵੇਰ ਤੱਕ ਉੱਥੇ ਪਈ ਰਹਿਣੀ ਨੇ. ਅੱਛਾ. ਠੀਕ ਆ. ਮਤਲਬ ਮੈਂ 24 ਦੇ ਵਿੱਚੋਂ 18 ਘੰਟੇ ਸੌਂਦਾ ਹੁੰਦਾ ਸੀ, ਇੰਨਾ ਲੇਜ਼ੀ ਹੁੰਦਾ ਸੀ ਮੈਂ. ਮਤਲਬ ਜੇ ਬੰਦੇ ਦੀ ਨੀਤ ਹੈਗੀ ਆ, ਜੇ ਬੰਦੇ ਦਾ ਜ਼ਮੀਰ ਹੈਗਾ ਕਿ ਮੈਂ ਕੰਮ ਵੀ ਕਰਨਾ, ਮੈਂ ਪੜ੍ਹਨਾ ਵੀ, ਜੇ ਮੈਂ ਕੰਮ ਕਰ ਸਕਦਾ ਨਾ ਇੱਥੇ ਆ ਕੇ, ਮੈਂ ਮੰਨਦਾ ਕੋਈ ਵੀ ਕੰਮ ਕਰ ਸਕਦਾ ਵਾ. ਵਧੀਆ. ਇੰਨਾ ਲੇਜ਼ੀ ਹੁੰਦਾ ਸੀ ਮੈਂ. ਅੱਛਾ ਜੀ. ਤੇ ਇੱਥੇ ਆ ਕੇ ਹੁਣ ਜਦੋਂ ਥੋੜੀਆਂ ਘਰ ਦੀ ਰਿਸਪੋਂਸੀਬਿਲਟੀਜ਼ ਆਈਆਂ, ਇੱਥੇ ਆ ਕੇ ਹੋਇਆ ਵੀ ਹਾਂ ਵੀ ਇੱਥੇ ਮੰਮੀ ਨਹੀਂ ਹੈਗੀ, ਇੱਥੇ ਪਾਪਾ ਨਹੀਂ ਹੈਗੇ, ਸਭ ਕੁਝ ਆਪ ਕਰਨਾ ਪੈਣਾ ਵਾ. ਜੋਬ ਤੇ ਵੀ ਜਾਈਦਾ, 2 ਦਿਨ ਕਾਲਜ ਹੁੰਦਾ ਚੱਲ ਵੀਕਐਂਡ ਤੇ,
ਤੇ ਜਸਟ ਲਾਈਕ ਫਰਾਈਡੇ ਨਾਈਟ ਜਾਂ ਸੈਟਰਡੇ ਨਾਈਟ ਥੋੜਾ ਬਹੁਤ ਫ੍ਰੀ ਹੁੰਦਾ ਐਂਡ ਸਭ ਕੁਝ ਬੈਲੈਂਸ ਹੋ ਰਿਹਾ, ਵਧੀਆ ਖਰਚੇ ਵੀ ਨਿਕਲ ਰਹੇ, ਫੀਸ ਵੀ ਨਿਕਲ ਰਹੀ ਹੈ, ਆਪਣਾ ਵੀ ਵਧੀਆ ਕਰ ਰਿਹਾ ਸਾਰਾ। ਜਿਵੇਂ ਤੁਸੀਂ ਦੱਸਦੇ ਹੋ ਕਿ ਕਈ ਸੋਚਦੇ ਨੇ ਕਿ ਯਾਰ ਕਾਲਜ ਬਹੁਤ ਵੱਡਾ ਹੋਵੇ ਜਾਂ ਉਹਦੀ ਬਿਲਡਿੰਗ ਬਾਹਲੀ ਆਲੀਸ਼ਾਨ ਹੋਵੇ ਤਾਂ ਮੈਟਰ ਕਰਦਾ ਆ। ਤੁਸੀਂ ਪਰਸਨਲੀ ਕੀ ਦੇਖਿਆ ਮੋਂਟਰੀਅਲ ਦੇ ਵਿੱਚ ਆ ਕੇ ਕਿ ਸੱਚੀ ਬਹੁਤ ਵੱਡੀ ਬਿਲਡਿੰਗ ਤੇ ਮੈਸਿਵ ਕੈਂਪਸ ਇੰਪੋਰਟੈਂਟ ਹੁੰਦਾ ਜਾਂ ਕਾਲਜ ਦੇ ਵਿੱਚ ਜਿਹੜਾ ਕਲਚਰ ਆ ਚਾਹੇ ਉਹ ਮੈਨੇਜਮੈਂਟ ਆ ਜਾਂ ਉਹਨਾਂ ਦਾ ਰੂਲਸ ਐਂਡ ਰੈਗੂਲੇਸ਼ਨਸ ਆ ਜਾਂ ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਹੈ ਉਹ ਜ਼ਿਆਦਾ ਇੰਪੋਰਟੈਂਟ ਆ, ਤੁਹਾਨੂੰ ਮਾਈਲਸਟੋਨ ਚ ਪੜ ਕੇ ਜੈਨੂਇਨਲੀ ਕਿੱਦਾਂ ਦਾ ਫੀਲ ਹੁੰਦਾ ਹੈ। ਤੇ ਹੁਣ ਤੁਸੀਂ ਤੁਹਾਨੂੰ ਪਤਾ ਹੀ ਆ ਵੀ ਬ੍ਰੈਂਪਟਨ ਤੋਂ ਕਿੰਨੇ ਸਟੂਡੈਂਟਸ ਵੀਕੈਂਡਸ ਤੇ ਆਉਂਦੇ ਆ ਇੱਥੇ ਕਾਲਜ ਆਉਣ। ਬਿਲਕੁਲ ਠੀਕ ਆ, ਬ੍ਰੈਂਪਟਨ ਇੰਨੇ ਵੱਡੇ ਵੱਡੇ ਕਾਲਜ ਆ, ਉਹ ਕਾਲਜ ਛੱਡ ਕੇ ਬੱਚੇ ਇੱਥੇ ਕਾਹ ਤੋਂ ਆਉਂਦੇ ਆ? ਕੁਝ ਡਿਫਰੈਂਸ ਹੋਊਗਾ ਪੜ੍ਹਾਈ ਦੇ ਵਿੱਚ ਤਾਂ ਹੀ ਆਉਂਦੇ ਆ। ਇੱਕ ਤੇ ਇੱਥੇ ਫੀਸ ਘੱਟ ਵਾ ਉਸ ਕਾਲਜ ਨੂੰ, ਵੀ ਉੱਥੇ ਬੱਚੇ $9,000 ਦਿੰਦੇ ਇੱਕ ਸਮੈਸਟਰ ਦਾ, ਇੱਥੇ ਜਸਟ 5,000 ਦਾ ਮੈਕਸੀਮਮ ਟੂ ਮੈਕਸੀਮਮ 6,000 ਪਰ ਸਮੈਸਟਰ। ਹਾਂਜੀ, ਐਂਡ ਇੱਥੇ ਮਤਲਬ ਪੜ੍ਹਾਈ ਦਾ ਮਾਹੌਲ ਵੀ ਹੈਗਾ ਆ, ਇੱਥੇ ਡਿਸਟ੍ਰੈਕਸ਼ਨ ਮਤਲਬ ਘੱਟ ਆ, ਕਾਫੀ ਘੱਟ ਆ, ਵੀ ਉੱਥੇ ਬੀਂਗ ਲਾਈਕ ਉੱਥੇ ਪੰਜਾਬੀ ਬਹੁਤ ਵੀ ਪੰਜਾਬੀ ਹੋਊਗਾ ਉੱਥੇ। ਹੁਣ ਬ੍ਰੈਂਪਟਨ ਮੈਂ 3-4 ਵੀਕ ਪਹਿਲਾਂ ਮੈਂ ਵੀਕਐਂਡ ਤੇ ਗਿਆ ਸੀ ਆਪਣੇ ਫਰੈਂਡਸ ਨੂੰ ਮਿਲਣ, ਤੋ ਉੱਥੇ ਪੰਜਾਬੀ ਹੀ ਆ, ਜਿਹੜੇ ਕੈਨੇਡੀਅਨ ਪੀਪਲ ਬਹੁਤ ਘੱਟ ਦਿਸਦੇ ਆ ਉੱਥੇ। ਡਿਸਟ੍ਰੈਕਸ਼ਨਸ ਹੋ ਹੀ ਜਾਂਦੀਆਂ ਵੀ ਆਪਣਾ ਪੰਜਾਬ ਵਾਲਾ ਮਾਹੌਲ ਹੀ ਬਣ ਜਾਂਦਾ ਵਾ, ਫਿਰ ਉੱਥੇ ਖਰਚੇ ਵੀ ਬਹੁਤ ਜ਼ਿਆਦਾ ਆ। ਲਾਈਕ ਜੈਸੇ ਮੇਰੇ ਕੋਲ ਹੁਣ ਕਾਰ ਹੈਗੀ ਆ, ਮੈਂ 2-3 ਮਹੀਨੇ ਪਹਿਲਾਂ ਬਾਈ ਕੀਤੀ ਕਾਰ, ਇੱਥੇ ਮੇਰੇ ਕੋਲ ਆ ਹੋਂਡਾ ਸਿਵਿਕ 2004 ਮਾਡਲ, ਇੱਥੇ ਉਹਦੀ ਇੰਸ਼ੋਰੈਂਸ ਜਾਂਦੀ ਆ ਸਿਰਫ $37। ਕਿਆ ਬਾਤ ਹੈ! ਸੋ ਤੇ ਬ੍ਰੈਂਪਟਨ ਦੇ ਵਿੱਚ ਉਸੇ ਕਾਰ ਦੀ ਇੰਸ਼ੋਰੈਂਸ ਆ $450। ਥੈਂਕ ਯੂ ਸੋ ਮਚ ਸਮਰੱਥ। ਤੇ ਹੋਰ ਯੂ ਨੋ ਜਿਹੜੇ ਸਾਡੇ ਯੂਟਿਊਬਰਸ ਦਾ ਸੋਰੀ ਜਿਹੜੇ ਸਾਡੇ ਯੂਟਿਊਬ ਚੈਨਲ ਤੇ ਸਬਸਕ੍ਰਾਈਬਰਸ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਚਾਹੇ ਉਹ ਫਿਰ ਕੈਨੇਡਾ ਹੋਣ ਚਾਹੇ ਉਹ ਇੰਡੀਆ ਹੋਣ ਕਿਤੇ ਵੀ ਨੇ, ਤੁਸੀਂ ਪਰਸਨਲੀ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ? ਮੇਰੇ ਵੱਲੋਂ ਬਸ ਸਾਰਿਆਂ ਨੂੰ ਇਹੀ ਮੈਸੇਜ ਆ ਵੀ ਬਾਕੀ ਮੇਰੇ ਸਾਰੇ ਸਿਆਣੇ ਆ ਮੇਰੇ ਕੋਲ, ਆਮ ਜਸਟ ਸੇਇੰਗ ਲਾਈਕ ਜਿਹੜੇ ਦੋਸਤ ਨੇ ਜਿਹੜੇ ਆਮ ਸ਼ੋਰ ਯੂ ਨੋ ਕਿਉਂਕਿ ਬਹੁਤ ਸਾਰੇ ਦੋਸਤ ਕਹਿੰਦੇ ਕਿ ਯਾਰ ਸਟੂਡੈਂਟਸ ਨਾਲ ਗੱਲ ਕਰਵਾਇਆ ਕਰੋ, ਸਟੂਡੈਂਟਸ ਦੀ ਐਕਚੁਅਲੀ ਰੀਅਲ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਨੂੰ ਯੂ ਨੋ ਫਲਾਨੇ ਕਾਲਜ ਚਾਹੇ ਉਹ ਮਾਈਲਸਟੋਨ ਕਾਲਜ ਹੋਵੇ ਚਾਹੇ ਹਰਸਿੰਘ ਹੋਵੇ CDI ਹੋਵੇ ਉਹਦੇ ਵਿੱਚ ਰੀਅਲ ਲਾਈਫ ਕਿਹੋ ਜਿਹੀ ਆ, ਕਿਉਂਕਿ ਕਾਲਜ ਵਾਲੇ ਉਹ ਫੇਰ ਵੀ ਨਹੀਂ ਦੱਸਦੇ ਜਦੋਂ ਜੋ ਸੱਚ ਸਟੂਡੈਂਟ ਦੱਸਦੇ ਨੇ, ਜਿਹੜਾ ਬੰਦਾ ਉੱਥੇ ਰਹਿੰਦਾ ਵੱਸਦਾ ਆ ਉਹ ਜਾਣਦਾ ਆ। ਸੋ ਦੈਟ ਇਜ਼ ਦਾ ਰੀਜ਼ਨ ਵਾਈ ਵੀ ਵਾਂਟ ਟੂ ਨੋ ਕਿ ਤੁਹਾਡਾ ਪਰਸਨਲ ਟੇਕ ਕੀ ਆ। ਮੇਰੀ ਪਰਸਨਲ ਸਲਾਹ ਤੇ ਇਹੀ ਆ ਵੀ ਹਮੇਸ਼ਾ ਆਪਣੇ ਘਰਦਿਆਂ ਦੀ ਸੁਣੋ, ਆਪਣੇ ਦਿਲ ਦੀ ਸੁਣੋ, ਵੀ ਸੁਣੋ ਪਹਿਲਾਂ ਸਲਾਹ, ਜਿਹੜੇ ਤੁਹਾਡੇ ਲੱਗੇ ਚਾਰ ਬੰਦੇ ਰਹਿੰਦੇ ਸਾਰੇ ਦੀ ਸਲਾਹ ਲਓ, ਠੀਕ ਹੈ, ਸਾਰੇ ਦੀ ਸਲਾਹ ਨੂੰ ਕੰਪੇਅਰ ਕਰੋ ਕਿਹੜੀ ਵਧੀਆ ਸਲਾਹ ਵਾ, ਮੇਰਾ ਫਾਇਦਾ ਕਿਹ ਚ ਹੁੰਦਾ ਵਾ, ਜੇ ਮੇਰਾ ਫਾਇਦਾ ਹੁੰਦਾ ਕਿਸੇ ਦਾ ਨੁਕਸਾਨ ਤੇ ਨਹੀਂ ਹੁੰਦਾ ਇਸ ਨਾਲ। ਤੇ ਹਮੇਸ਼ਾ ਵੀ ਆਪਣੇ ਘਰਦਿਆਂ ਨੂੰ ਮੁੱਖ ਰੱਖ ਕੇ ਚੱਲੋ, ਬਿਲਕੁਲ, ਵੀ ਜੇ ਮੇਰੇ ਪੇਰੈਂਟਸ ਇਸ ਗੱਲ ਤੋਂ ਖੁਸ਼ ਹੁੰਦੇ ਆ ਤੇ ਹਾਂ ਵੀ ਬਾਕੀ ਵੀ ਮੈਂ ਇਸ ਗੱਲ ਤੋਂ ਖੁਸ਼ ਹੀ ਹੋਵਾਂਗੇ। ਸੋ ਇੱਕ ਹੋਰ ਚੀਜ਼ ਮੈਂ ਪੁੱਛਣੀ ਚਾਹੂੰਗਾ ਕਿ ਤੁਸੀਂ ਮੋਂਟਰੀਅਲ ਸਿਟੀ ਬਾਰੇ ਕੀ ਕਹਿਣਾ ਚਾਹੋਗੇ ਤੇ ਉਸ ਤੋਂ ਬਾਅਦ ਮਾਈਲਸਟੋਨ ਕਾਲਜ ਬਾਰੇ ਕੀ ਕਹਿਣਾ ਚਾਹੋਗੇ ਬੀਇੰਗ ਅ ਸਟੂਡੈਂਟ ਆਫ ਦੈਟ ਕਾਲਜ? ਮੋਂਟਰੀਅਲ ਸਿਟੀ ਮਤਲਬ ਬਹੁਤ ਸੋਹਣੀ ਸਿਟੀ ਆ ਵੀ, ਜਿਸ ਤਰ੍ਹਾਂ ਹੁਣ ਪਿੱਛੇ ਜੇ ਸਮਰ ਦੇ ਵਿੱਚ ਕੈਨੇਡਾ ਡੇ ਲੰਘ ਕੇ ਗਿਆ ਤੇ ਆ ਹੁਣੇ ਫਿਰ ਹੈਲੋਵੀਨ ਸੀ ਤੇ ਆ ਫਿਰ ਬਲੈਕ ਫਰਾਈਡੇ ਸੀ, ਕੁਛ ਨਾ ਕੁਛ ਚੱਲਦਾ ਰਹਿੰਦਾ, ਹੁਣ ਕ੍ਰਿਸਮਿਸ ਆਉਣ ਵਾਲਾ, ਬਿਲਕੁਲ, ਉਹ ਤੋਂ ਪਹਿਲਾਂ ਉਸ ਤੋਂ ਬਾਅਦ ਬੋਕਸਿੰਗ ਡੇ ਆਇਆ, ਬਿਲਕੁਲ, ਤੇ ਸਭ ਕੁਝ ਵਧੀਆ ਵਾ ਇੱਥੇ, ਹਰ ਬਹੁਤ ਹੀ ਈਵੈਂਟ ਹੁੰਦੇ ਰਹਿੰਦੇ ਆ, ਬਹੁਤ ਹੀ ਟੂਰਿਸਟ ਆਉਂਦੇ ਆ। ਲਾਈਕ ਮੈਂ ਪੀਜ਼ਾ ਡਿਲੀਵਰੀ ਕਰਨ ਜਾਣਾ, 100 ਦੇ ਵਿੱਚੋਂ 70% ਬੰਦੇ ਟੂਰਿਸਟ ਹੁੰਦੇ ਹੁੰਦੇ ਦੂਸਰੇ ਸਿਟੀ, ਟੂਰਿਸਟ ਪੀਪਲ ਲਵ ਦਾ ਸਿਟੀ ਸੋ ਮਚ, ਪੀਪਲ ਲਵ ਦਾ ਸਿਟੀ। ਲਾਈਕ ਤੇ ਘੁੰਮਣ ਲਈ ਕਿੰਨਾ ਕੁਝ ਆ, ਲਾਈਕ ਦੈਟ ਓਲੰਪਿਕ ਸਟੇਡੀਅਮ, ਬੋਟੈਨਿਕ ਗਾਰਡਨ, ਪਾਰਕ ਜਿੰਦਰਾ ਪਿਓ, ਓਲਡ ਪੋਰਟ ਮਾਊਂਟ, ਲਾਈਕ ਸਿਟੀ ਦੇ ਨਾਲ ਨਾਲ ਵੀ ਯਾਰ ਇੱਕ ਹੋਰ ਚੀਜ਼ ਹੁੰਦੀ ਆ ਕਿ ਬਹੁਤ ਸਾਰੇ ਲੋਕੇਸ਼ਨ ਇਹੋ ਜਿਹੀਆਂ ਨੇ ਜਿੱਥੇ ਬੰਦਾ ਜਾ ਸਕਦਾ ਹੈ। ਅਕਸਰ ਇੱਦਾਂ ਕਈ ਸੋਚਦੇ ਨੇ ਕਿ ਯਾਰ ਸਿਰਫ ਯੂ ਨੋ ਜਿਹਨਾਂ ਨੂੰ ਟੋਰਾਂਟੋ ਹੀ ਪਤਾ ਜਾਂ ਉਹਨਾਂ ਨੂੰ ਸਰੀ ਪਤਾ ਜਾਂ ਉਹਨਾਂ ਨੂੰ ਯੂ ਨੋ ਇੱਕ ਦੋ ਹੀ ਲਿਮਿਟਡ ਲੋਕੇਸ਼ਨ ਦੇਖੀਆਂ ਹੁੰਦੀਆਂ ਨੇ, ਪਰ ਇਹ ਗੱਲ ਹਰ ਬੰਦਾ ਆਪਣਾ ਆਪਣਾ ਐਕਸਪਲੋਰ ਕਰਦਾ ਆ। ਐਵਰੀ ਸਿਟੀ ਇਜ਼ ਬਿਊਟੀਫੁਲ ਮੇਰੇ ਖਿਆਲ ਨਾਲ ਤਾਂ, ਜਿਵੇਂ ਯੂ ਨੋ ਤੁਸੀਂ ਕਿਹਾ, ਬਟ ਮੋਂਟਰੀਅਲ ਚ ਬੜਾ ਕੁਝ ਦੇਖਣ ਨੂੰ, ਮੋਂਟਰੀਅਲ ਚ ਬਹੁਤ ਕੁਝ ਦੇਖਣ, ਮਤਲਬ ਲਾਈਕ ਇਟ ਇਜ਼ ਅ ਪਰਫੈਕਟ ਟੂਰਿਸਟ ਪਲੇਸ ਐਂਡ ਪਰਫੈਕਟ ਪਲੇਸ ਟੂ ਸਟੱਡੀ ਐਂਡ ਪਰਫੈਕਟ ਪਲੇਸ ਟੂ ਮੇਕ ਯੂਰ ਕਰੀਅਰ, ਲਾਈਕ 3-in-1 ਪਲੇਸ ਆ। ਕਿਆ ਬਾਤ ਹੈ, ਕਿਆ ਬਾਤ ਹੈ! ਤੇ ਮਾਈਲਸਟੋਨ ਕਾਲਜ ਬਾਰੇ ਕੀ ਕਹਿਣਾ ਚਾਹੋਗੇ? ਮਾਈਲਸਟੋਨ ਕਾਲਜ ਵਧੀਆ ਕਾਲਜ ਆ, ਵਧੀਆ ਬਹੁਤ ਵਧੀਆ ਕਾਲਜ ਆ, ਵੀ ਉੱਥੇ ਕੋਈ ਕਾਲਜ ਵਾਲਾ ਮਾਹੌਲ ਨਹੀਂ, ਲਾਈਕ ਫੈਮਿਲੀ ਵਾਲਾ ਮਾਹੌਲ ਆ, ਵੀ ਸਾਰੇ ਬੱਚੇ ਟੀਚਰ ਰਲ ਮਿਲ ਕੇ ਰਹਿੰਦੇ ਸਾਰੇ ਵਧੀਆ। ਲਾਈਕ ਅਸੀਂ ਕਈ ਵਾਰ ਤੇ ਹੁੰਦਾ ਵਾ ਸਾਰੀ ਕਲਾਸ ਵੀ ਟੀਚਰ ਲੰਚ ਕਰਨ ਵੀ ਇਕੱਠੇ ਜਾਈਦਾ ਵਾ, ਡਿਨਰ ਵੀ ਇਕੱਠੇ ਕਰੀਦਾ ਵਾ, ਤੇ ਬਹੁਤ ਹੀ ਵਧੀਆ ਵਾ। ਤੇ ਕੋਈ ਵੀ ਇਸ ਤਰ੍ਹਾਂ ਨਹੀਂ ਆ ਵੀ ਉੱਥੇ ਲਾਈਕ ਕਮਰਸ਼ੀਅਲ ਘੱਟ ਦਿਸਦਾ ਵਾ ਸਾਨੂੰ,
ਇਸ ਤਰ੍ਹਾਂ ਨੀ ਆ ਵੀ ਕਾਲਜ ਨੂੰ ਫੀਸ ਨਾ ਮਤਲਬ ਆ, ਜਿਵੇਂ ਕਈ ਰੀਸੈਂਟਲੀ ਸਾਡੇ ਕਾਲਜ ਸਟੂਡੈਂਟਸ ਆਏ ਆ, ਉਹਨਾਂ ਨੇ ਜਿਵੇਂ ਕੋਈ ਹੋਰ ਕਾਲਜ ਚੇਂਜ ਕਰਕੇ ਸਾਡੇ ਕਾਲਜ ਆਏ ਆ, ਜਿਵੇਂ ਉਹਨਾਂ ਨੂੰ ਡਿਜ਼ਾਈਨ ਕੋਰਸ ਨੀ ਮਿਲਿਆ, ਡਿਜ਼ਾਈਨ ਇਨਟੇਕ, ਡਿਜ਼ਾਈਨ ਇਨਟੇਕ ਨੀ ਮਿਲਿਆ, ਉਹਨਾਂ ਚੇਂਜ ਕੀ, ਕੋਈ ਕਿਸੇ ਵੀ ਰੀਜ਼ਨ ਕਰਕੇ ਕਾਲਜ ਚੇਂਜ ਕੀਤਾ ਹੋਏਗਾ ਉਹਨਾਂ ਨੇ, ਜਿਵੇਂ ਉਹਨਾਂ ਦਾ ਫੀਸ ਦਾ ਰਿਫੰਡ ਨਹੀਂ ਆਇਆ ਜੀ ਉਹਨਾਂ ਉੱਥੋਂ, ਹਾਂਜੀ ਕਾਲਜ ਉਹਨਾਂ ਤੋਂ ਫੀਸ ਨੀ ਮੰਗ ਰਿਹਾ, ਕਹਿੰਦੇ ਕੋਈ ਗੱਲ ਨੀ ਤੁਸੀਂ ਆਪਣੀ ਕਲਾਸਿਸ ਸਟਾਰਟ ਕਰੋ, ਜਦੋਂ ਰਿਫੰਡ ਆ ਜਾਏਗਾ ਤੁਸੀਂ ਫੀਸ ਦੇ ਦਿਓ, ਉਹਨਾਂ ਨੂੰ ਪਤਾ ਬੱਚਾ ਪੜ੍ਹ ਰਿਹਾ, ਬੱਚਾ ਕਿਤੇ ਦੌੜਤਾ ਨਹੀਂ ਚੱਲਾ, ਨਹੀਂ ਚੱਲਾ, ਦੋ ਸਾਲ ਬੱਚਾ ਹੁਣ ਕਾਲਜ ਦੇ ਵਿੱਚ ਫੇਥ ਹੁੰਦਾ, ਇੱਕ ਟਰਸਟ ਹੁੰਦਾ, ਟਰਸਟ ਹੁੰਦਾ ਵਾ, ਜੇ ਕਾਲਜ ਆਪਣੇ ਟਰਸਟ ਕਰਦਾ ਵਾ ਫਿਰ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਵੀ ਕਾਲਜ ਤੇ ਟਰਸਟ ਕਰੀਏ, ਵਧੀਆ ਕਰੀਏ, ਸਾਰਾ ਕੁਝ ਨਾਮ ਨਾ ਖਰਾਬ ਹੋਵੇ, ਨਾਮ ਨਾ ਖਰਾਬ ਹੋਵੇ, ਵਧੀਆ ਪੜ੍ਹੀਏ, ਵਧੀਆ ਨੰਬਰ ਲਈਏ ਤੇ ਕਾਲਜ ਦਾ ਵੀ ਨਾਮ ਗਾ ਜਾਏ, ਵਧੀਆ ਬਣੇ। ਬਿਲਕੁਲ ਜੀ, ਆਮ ਸ਼ੋਰ ਤੇਰੇ ਵਰਗੇ ਸਟੂਡੈਂਟਸ ਨੇ ਬਹੁਤ ਸਾਰੇ ਵਧੀਆ ਨੇ, ਹੋਰ ਵੀ ਕਾਲਜ ਸਟੂਡੈਂਟਸ ਪਹਿਲਾਂ ਵੀ ਮਿਲੇ ਆ, ਆਮ ਸ਼ੋਰ ਪਹਿਲੀ ਗੱਲ ਤਾਂ ਸਾਡੀ ਪੂਰੀ ਟੀਮ ਵੱਲੋਂ ਐਂਡ ਆਮ ਸ਼ੋਰ ਸਾਡੇ ਸਾਰੇ ਸਬਸਕ੍ਰਾਈਬਰਸ ਵੱਲੋਂ ਤੁਹਾਡੇ ਪੂਰੇ ਬੈਚ ਨੂੰ ਯੂ ਨੋ ਬੈਸਟ ਆਫ ਲੱਕ, ਰੱਬ ਕਰੇ ਤੁਸੀਂ ਸਾਰੇ ਤਰੱਕੀਆਂ ਕਰੋ ਜਿੱਥੇ ਵੀ ਰਹੋ, ਸਿਟੀ ਜਿਹੜੇ ਮਰਜ਼ੀ ਚ ਰਹੋ, ਆਈ ਐਮ ਸ਼ੋਰ ਯੂ ਗਾਈਜ਼ ਗਨ ਰੌਕ। ਐਂਡ ਜੇ ਤੁਸੀਂ ਮਾਈਲਸਟੋਨ ਕਾਲਜ ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤੇ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਅਸੀਂ ਫਾਰਮ ਦਿੱਤਾ ਹੋਇਆ, ਤੁਸੀਂ ਉਹਨੂੰ ਫਿਲ ਕਰ ਸਕਦੇ ਹੋ ਤੇ ਸਾਡੀ ਟੀਮ ਤੁਹਾਨੂੰ ਕਰ ਲੇਗੀ ਕੰਟੈਕਟ। ਥੈਂਕ ਯੂ ਸੋ ਮਚ ਸਮਰੱਥ, ਤੇ ਖਿੱਚੀ ਚੱਲ ਕੰਮ ਨੂੰ ਵੀਰੇ, ਥੈਂਕ ਯੂ, ਮਿਹਰਬਾਨੀ। ਸੋ ਲਓ ਜੀ, ਸਾਡੀਆਂ ਹੋਰ ਵੀਡੀਓਜ਼ ਦੇਖਣ ਲਈ ਇਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਹਿੱਟ ਕਰੋ ਬੈਲ ਬਟਨ, ਤੇ 18 ਜਨਵਰੀ ਨੂੰ ਹੋਣ ਜਾ ਰਿਹਾ ਮੌਂਟਰੀਅਲ ਇੰਟਰਨੈਸ਼ਨਲ ਸਟੂਡੈਂਟ ਇਵੈਂਟ ਮੌਂਟਰੀਅਲ ਦੇ ਵਿੱਚ, ਉਸ ਦੇ ਬਾਰੇ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ 'ਚ, ਹੱਸਦੇ ਮੁਸਕਰਾਉਂਦੇ ਰਹੋ ਜੀ, ਰੱਬ ਰਾਖਾ। ਜ਼ਾਲਮ ਬਣਾ ਲੈ ਤੂੰ ਬਾਲਮ, ਇਹ ਗੱਲ ਤੂੰ ਸਮਝ ਲੈ ਨਾ, ਤੇਰੇ ਨਾਲ ਭਰਿਆ ਦਿਲ ਦਾ ਕੋਨਾ, ਤੂੰ ਅੱਖੀਆਂ ਤੋਂ ਦੂਰ ਮੇਰੇ ਹੋ ਨਾ, ਕਿ ਪਿਆਰ ਵਾਲੀ ਕਾਂਡਿਆ ਤੇ ਲੱਗੇ ਮੈਨੂੰ ਠੰਡਿਆ, ਮੈਂ ਤੈਨੂੰ ਤੇਰੇ ਤਰਲ ਲਿਪੇ ਆਪਾਉਣਾ, ਫੜੀ ਬਹਿ ਕੇ ਓਲੇ ਤੇਰੇ ਮੂਹਰੇ ਖੋਲੇ ਮੈਂ ਦਿਲ ਦੇ ਵਰਕੇ ਨੀ, ਯਾ ਤੇਰੇ ਲਈ ਮੇਰੇ ਦਿਲ ਦਾ ਅੱਖਾਂ ਵਿੱਚ ਛਲਕੇ ਨੀ।